ਹੁਣ ਤੁਸੀਂ ਵੀ ਸਾਵਧਾਨ ਹੋ ਜਾਓ, ਕਿਉਂਕਿ ਜੇਕਰ ਤੁਹਾਡੇ ਵੀ ਘਰ ਦੇ ਬਾਹਰ ਕੋਈ ਬਾਈਕ ਜਾਂ ਸਕੂਟਰ ਖੜਾ ਕੀਤਾ ਹੋਇਆ ਹੈ ਤਾਂ ਉਹਨਾਂ ਤੇ ਚੋਰਾਂ ਦੀ ਨਜ਼ਰ ਹੈ, ਕਿਉਂਕਿ ਚੋਰ ਹੁਣ ਗਲੀਆਂ ਚੋਂ ਲੰਘਦੇ ਵੜਦੇ ਵੀ ਇਹਨਾਂ ਬਾਈਕ ਤੇ ਸਕੂਟੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਏਦਾਂ ਹੀ ਗਲੀ ਦੇ ਵਿੱਚੋਂ ਲੰਘਦਾ ਹੋਇਆ ਇੱਕ ਬਾਈਕ ਨੂੰ ਚਾਬੀ ਲਾ ਲੈਂਦਾ ਹੈ ਤੇ ਉਹ ਵੀ ਹੈਰਾਨ ਰਹਿ ਜਾਂਦਾ ਜਦੋਂ ਚਾਬੀ ਪਹਿਲੀ ਵਾਰ 'ਚ ਲੱਗ ਜਾਂਦੀ ਹੈ ਤੇ ਫਿਰ ਬਿਨਾਂ ਦੇਰੀ ਕੀਤੇ ਪਲਾਂ ਦੇ ਵਿੱਚ ਉਸ ਬਾਈਕ ਨੂੰ ਲੈ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ। ਕੋਲ ਖੜੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਵੀਡੀਓ ਫਰੀਦਕੋਟ ਦੀ ਦੱਸੀ ਜਾ ਰਹੀ ਹੈ ਜਿੱਥੇ ਗਲੀ ਦੇ ਵਿੱਚ ਤੁਰਦਾ ਹੋਇਆ ਇਹ ਚੋਰ ਨਜ਼ਰ ਆਉਂਦਾ ਹੈ, ਜੋ ਕਿ ਗਲੀ 'ਚੋਂ ਲੰਘਦਿਆਂ ਕਿਸੇ ਆਮ ਵਿਅਕਤੀ ਦੀ ਤਰ੍ਹਾਂ ਹੀ ਲੱਗ ਰਿਹਾ ਹੈ, ਪਰ ਜਿਵੇਂ ਹੀ ਇੱਕ ਬਾਈਕ ਦੇ ਕੋਲ ਜਾਂਦਾ ਹੈ ਜੋ ਇੱਕ ਘਰ ਦੇ ਬਾਹਰ ਖੜੀ ਹੈ ਤਾਂ ਉਸਨੂੰ ਚਾਬੀ ਲਾ ਦਿੰਦਾ ਹੈ ਤੇ ਖੁਦ ਵੀ ਹੈਰਾਨ ਹੋ ਜਾਂਦਾ ਹੈ ਕਿ ਚਾਬੀ ਲੱਗ ਜਾਂਦੀ ਹੈ ਉਹ ਵੀ ਪਹਿਲੀ ਵਾਰ 'ਚ, ਤੇ ਫਿਰ ਬਿਨਾਂ ਦੇਰੀ ਕੀਤੇ ਇੱਧਰ ਉੱਧਰ ਝਾਕ ਕੇ ਤੇ ਉਸ ਬਾਈਕ ਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਮਾਲਕ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਬਾਹਰ ਆਉਂਦਾ ਹੈ ਤੇ ਬਾਈਕ ਗਾਇਬ ਦੇਖਦਾ ਹੈ। ਫਿਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤੇ ਪਤਾ ਲੱਗਦਾ ਹੈ ਕਿ ਬਾਈਕ ਚੋਰੀ ਹੋਈ ਹੈ ਤੇ ਚੋਰ ਦੀ ਸਾਰੀ ਕਰਤੂਤ ਇਸ ਵੀਡੀਓ ਦੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਇਹ ਚੋਰ ਬੜਾ ਹੀ ਸ਼ਾਤਰ ਨਜ਼ਰ ਆਇਆ ਹੈ। ਕੁਝ ਹੀ ਸਕਿੰਟਾਂ ਦੇ ਵਿੱਚ ਬਾਈਕ ਨੂੰ ਚੋਰੀ ਕਰਕੇ ਲੈ ਗਿਆ। ਵੱਡੀ ਗੱਲ ਇਹ ਹੈ ਕਿ ਇਹ ਚੋਰ ਜਿਹੜੇ ਨੇ ਗਲੀਆਂ ਦੇ ਵਿੱਚ ਬਿਲਕੁਲ ਕਿਸੇ ਆਮ ਵਿਅਕਤੀ ਦੀ ਤਰ੍ਹਾਂ ਹੀ ਤੁਰਦੇ ਫਿਰਦੇ ਨਜ਼ਰ ਆਉਂਦੇ ਨੇ ਤੇ ਜਿੱਥੇ ਚਾਬੀ ਲੱਗ ਗਈ ਉੱਥੋਂ ਹੀ ਬਾਈਕ ਸਕੂਟੀ ਜੋ ਹੱਥ ਲੱਗਿਆ ਉਸਨੂੰ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਤਲਾਸ਼ ਕੀਤੀ ਜਾ ਰਹੀ ਹੈ।